ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਸੰਤ ਰਾਗ ਆਪਾਂ ਬਿਲਾਵਲ ਥਾਟ ਦੇ ਵਿੱਚੋਂ ਕਰਨ ਲੱਗੇ ਹਾਂ ਅਤੇ ਦਾਦਰਾ ਤਾਲ ਦੇ ਵਿੱਚ ਆ। ਗੁਰਮਤਿ ਸੰਗੀਤ ਦੇ ਵਿੱਚ ਜ਼ਿਆਦਾ ਇਹੀ ਮੰਨਿਆ ਜਾਂਦਾ ਕਿ ਬਿਲਾਵਲ ਥਾਟ ਦੇ ਵਿੱਚ ਜਿਹੜਾ ਬਸੰਤ ਰਾਗ ਗਾਇਆ ਜਾਂਦਾ ਉਹਦੀ ਪ੍ਰਧਾਨਤਾ ਆ, ਅਤੇ ਪੁਰਾਤਨ ਜਿਹੜੇ ਰਾਗੀ ਸਿੰਘ ਵੀ ਜਿੱਦਾਂ ਭਾਈ ਅਵਤਾਰ ਸਿੰਘ ਜੀ ਦਿੱਲੀ ਵਾਲੇ, ਜਿੰਨੇ ਵੀ ਪੁਰਾਤਨ ਰਾਗੀ ਆ ਸਾਰੇ ਇਸੇ ਬਸੰਤ ਨੂੰ ਗਾਉਂਦੇ ਸੀ। ਪੂਰਬੀ ਥਾਟ ਦੇ ਵਿੱਚ ਵੀ ਗਾਉਂਦੇ ਆ, ਕੋਈ ਗਲਤ ਗੱਲ ਨਹੀਂ ਵੈਸੇ, ਅਤੇ ਪਰ ਜ਼ਿਆਦਾ ਮਕਬੂਲੀਅਤ ਜਿਹੜੀ ਆ ਉਹ ਬਸੰਤ ਰਾਗ ਜਿਹੜਾ ਬਿਲਾਵਲ ਥਾਟ 'ਚੋਂ ਆ ਉਹਦੀ ਆ। ਅਤੇ ਆਪਾਂ ਸ਼ੁਰੂ ਕਰਦੇ ਹਾਂ, ਅਤੇ ਪਹਿਲਾਂ ਮੈਂ ਤੁਹਾਨੂੰ ਇਹਦਾ ਆਰੋਹ ਅਵਰੋਹ ਦੱਸਾਂਗਾ। ਸਾ ਗਾ ਮਾ ਦਾ ਨੀ ਸਾ ਨੀ ਧਾ ਪ ਮਾ ਗਾ ਰੇ ਸਾ। ਇਹ ਆਰੋਹ ਅਵਰੋਹ ਇਹਦਾ ਮਤਲਬ ਵੀ ਜਾਂਦੇ ਵੇਲੇ ਰੇ ਤੇ ਪਾ ਨੂੰ ਭਾਵ ਰੇ ਰਿਸ਼ਭ ਅਤੇ ਪੰਚਮ ਨੂੰ ਵਰਜਿਤ ਕੀਤਾ ਜਾਂਦਾ, ਨਹੀਂ ਲਗਾਏ ਜਾਂਦੇ, ਮੁੜਦੇ ਵੇਲੇ ਸਾਰੇ ਸੁਰ ਲੱਗਦੇ ਆ। ਅਤੇ ਆਪਾਂ ਸ਼ੁਰੂ ਕਰਦੇ ਹਾਂ, ਦਾਦਰਾ ਤਾਲ ਦੇ ਵਿੱਚ ਇਹ ਕੰਪੋਜੀਸ਼ਨ ਆ, ਅਤੇ ਬਾਕੀ ਭੁੱਲ ਚੁੱਕ ਦੀ ਖਿਮਾ ਸ਼ੁਰੂ ਕਰਦੇ ਹਾਂ ਆਪਾਂ ਜੀ। ਪਹਿਲ ਬਸੰਤ ਆਗਮਨ, ਪਹਿਲ ਬਸੰਤ ਆਗਮਨ, ਪਹਿਲ ਬਸੰਤ ਆਗਮਨ, ਪਹਿਲਾ ਮੋਲਿਓ ਸੋਏ, ਪਹਿਲਾ ਮੋਲਿਓ ਸੋਏ, ਪਹਿਲ ਬਸੰਤ ਆ ਬਸੰਤ, ਪਹਿਲੇ ਬਸੰਤ।